ਹੈਲੋ ਦੋਸਤੋ, ਡਿਜੀਟਲ ਕਲਾਸਰੂਮ 'ਚ ਤੁਹਾਡਾ ਸਵਾਗਤ ਹੈ। ਤਾਂ ਇਸ ਵੀਡੀਓ ਲੈਸਨ ਦੇ ਵਿੱਚ ਆਪਾਂ ਮਾਰਫੈਟ ਦੇ ਪ੍ਰੀਵੀਅਸ ਈਅਰ ਪੇਪਰ ਦੇ ਵਿੱਚ ਆਏ ਜੀਕੇ ਦੇ ਕੁਸ਼ਚਨ ਸੋਲਵ ਕਰਨ ਜਾ ਰਹੇ ਹਾਂ। ਤਾਂ ਆਲਰੇਡੀ ਆਪਾਂ ਦੋ ਵੀਡੀਓਜ਼ ਵੇਖ ਚੁੱਕੇ ਹਾਂ ਜਿਹਦੇ ਵਿੱਚ ਆਪਾਂ ਮਾਰਫੈਟ ਦੇ ਪ੍ਰੀਵੀਅਸ ਈਅਰ ਪੇਪਰ ਦੇ ਵਿੱਚ ਆਏ ਰੀਜਨਿੰਗ ਦੇ ਜਿੰਨੇ ਵੀ ਕੁਸ਼ਚਨ ਸੀਗੇ ਉਹ ਸਾਰੇ ਸੋਲਵ ਕੀਤੇ ਸੀਗੇ। ਤਾਂ ਇਹ ਜੋ ਲੈਸਨ ਹੈ ਮੈਂ ਪ੍ਰੈਜੈਂਟ ਕਰ ਰਿਹਾ, ਮੇਰਾ ਨਾਮ ਹੈ ਅਮਨਦੀਪ ਗਰਗ। ਤਾਂ ਤੁਸੀਂ ਮੈਨੂੰ ਮੇਰੇ ਚੈਨਲ ਡਿਜੀਟਲ ਕਲਾਸਰੂਮ ਦੇ ਉੱਤੇ ਸਬਸਕ੍ਰਾਈਬ ਕਰਕੇ ਫੋਲੋ ਕਰ ਸਕਦੇ ਹੋ। ਅਤੇ ਹੁਣ ਆਪਾਂ ਤੁਹਾਡਾ ਜ਼ਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਜੋ ਪਹਿਲਾ ਕੁਸ਼ਚਨ ਆ ਤੁਹਾਡੇ ਸਾਹਮਣੇ ਰੱਖਦੇ ਹਾਂ। ਤਾਂ ਪਹਿਲਾ ਕੁਸ਼ਚਨ ਹੈ ਹੂ ਡਿਕਲੇਅਰਡ ਦਿੱਲੀ ਦੀ ਕੈਪੀਟਲ ਆਫ ਇੰਡੀਆ ਇਨ 1911। ਤਾਂ 1911 ਦੇ ਵਿੱਚ ਭਾਰਤ ਦੀ ਕੈਪੀਟਲ ਦਿੱਲੀ ਨੂੰ ਕਿਹਦੇ ਦੁਆਰਾ ਬਣਾਇਆ ਗਿਆ? ਤਾਂ ਦਿੱਲੀ ਨੂੰ ਭਾਰਤ ਦੀ ਕੈਪੀਟਲ ਬਣਾਇਆ ਗਿਆ ਜੋਰਜ ਫਾਈਵ ਦੇ ਦੁਆਰਾ 1911 ਦੇ ਵਿੱਚ। ਤਾਂ ਇਸ ਦਾ ਜੋ ਰਾਈਟ ਆਨਸਰ ਬਣਦਾ ਉਹ ਬਣਦਾ ਹੈ ਜੋਰਜ ਫਾਈਵ। ਤਾਂ ਦਿੱਲੀ ਦਾ ਜੋ ਫਾਊਂਡੇਸ਼ਨ ਸਟੋਨ ਸੀਗਾ ਉਹ ਰੱਖਿਆ ਗਿਆ ਸੀਗਾ ਇੰਪਾਇਰ ਜੋਰਜ ਫਾਈਵ ਦੇ ਦੁਆਰਾ। ਅਤੇ ਇਸ ਦਿੱਲੀ ਨੂੰ ਜੋ ਆਰਕੀਟੈਕਟ ਨੇ ਡਿਜ਼ਾਈਨ ਕੀਤਾ ਸੀ ਉਹਨਾਂ ਦਾ ਨਾਮ ਵੀ ਇੰਪੋਰਟੈਂਟ ਬਣਦਾ। ਤਾਂ ਉਹਨਾਂ ਦਾ ਨਾਮ ਹੈ ਸਰ ਐਡਵਿਨ ਅਤੇ ਸਰ ਹਰਬਰਟ। ਤਾਂ ਇਹਨਾਂ ਦਾ ਨਾਮ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਇਸ ਤੋਂ ਇਲਾਵਾ ਜੋ ਮੋਸਟ ਇੰਪੋਰਟੈਂਟ ਚੀਜ਼ ਧਿਆਨ ਦੇ ਵਿੱਚ ਰੱਖਣ ਵਾਲੀ ਹੈ ਉਹ ਇਹ ਹੈ ਕਿ ਇਸ ਤੋਂ ਪਹਿਲਾਂ 1911 ਤੋਂ ਪਹਿਲਾਂ ਜੋ ਭਾਰਤ ਦੀ ਕੈਪੀਟਲ ਸੀ ਉਹ ਸੀਗੀ ਕਲਕੱਤਾ। ਲੇਕਿਨ ਕੁਛ ਕਾਰਨਾਂ ਦੇ ਕਰਕੇ ਭਾਰਤ ਦੀ ਕੈਪੀਟਲ ਕਲਕੱਤਾ ਤੋਂ ਬ੍ਰਿਟਿਸ਼ਰਜ਼ ਨੂੰ ਚੇਂਜ ਕਰਕੇ ਦਿੱਲੀ ਬਣਾਉਣੀ ਪਈ। ਤਾਂ ਇਹ ਜੋ ਚੀਜ਼ ਹੈ ਇਹ ਧਿਆਨ ਦੇ ਵਿੱਚ ਤੁਸੀਂ ਰੱਖਣੀ ਰੱਖਣੀ ਹੈ। ਮੋਸਟ ਇੰਪੋਰਟੈਂਟ ਇਹ ਕੁਸ਼ਚਨ ਬਣ ਸਕਦਾ ਹੈ। ਅਤੇ ਇਸ ਤੋਂ ਇਲਾਵਾ ਜੋ ਚੀਜ਼ ਹੋਰ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਉਹ ਇਹ ਧਿਆਨ ਦੇ ਵਿੱਚ ਰੱਖਣੀ ਹੈ ਕਿ 1931 ਦੇ ਵਿੱਚ ਜੋ ਕੈਪੀਟਲ ਆਫ ਇੰਡੀਆ ਦਿੱਲੀ ਸੀਗੀ ਉਸ ਨੂੰ ਇਨਐਗੂਰੇਟਡ ਕੀਤਾ ਗਿਆ ਸੀਗਾ ਵਾਇਸਰੋਏ ਉਸ ਵੇਲੇ ਦੇ ਲਾਰਡ ਇਰਵਿਨ ਦੇ ਦੁਆਰਾ। ਠੀਕ ਹੈ, ਤਾਂ ਇਹ ਵੀ ਜੋ ਚੀਜ਼ ਆ ਇੰਪੋਰਟੈਂਟ ਬਣਦੀ ਹੈ ਅਤੇ ਤੁਸੀਂ ਧਿਆਨ ਦੇ ਵਿੱਚ ਰੱਖਣੀ ਰੱਖਣੀ ਆ। ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸ ਦੇਵਾਂ ਕਿ ਕਲਕੱਤਾ ਤੋਂ ਦਿੱਲੀ ਕੈਪੀਟਲ ਬਣਾਉਣ ਦੇ ਪਿੱਛੇ ਕਾਰਨ ਕੀ ਸੀਗਾ। ਤਾਂ ਇਹ ਕਾਰਨ ਸੀਗਾ ਕਿ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ 1905 ਦੇ ਵਿੱਚ ਕੀ ਹੁੰਦਾ ਹੈ, ਜੋ ਜੋ ਬੰਗਾਲ ਹੁੰਦਾ ਉਸ ਦੀ ਪਾਰਟੀਸ਼ਨ ਹੋ ਜਾਂਦੀ ਹੈ। ਅਤੇ ਉਸੇ ਦੇ ਕਾਰਨ ਕਾਫੀ ਸਾਰੇ ਜੋ ਨੈਸ਼ਨਲ ਮੂਵਮੈਂਟ ਹੁੰਦੇ ਹੈ, ਨੈਸ਼ਨਲਿਸਟ ਮੂਵਮੈਂਟਸ ਹੁੰਦੇ ਆ, ਉਹ ਜੋ ਬੰਗਾਲ ਆ ਉਸ ਦੇ ਵਿੱਚ ਸਟਾਰਟ ਹੋ ਜਾਂਦੇ ਆ। ਅਤੇ ਜਿਹਦੇ ਕਰਕੇ ਕਾਫੀ ਸਾਰੇ ਜੋ ਬ੍ਰਿਟਿਸ਼ਰਜ਼ ਹੁੰਦੇ ਆ, ਆਫਿਸਰਜ਼ ਹੁੰਦੇ ਆ, ਉਹਨਾਂ ਦਾ ਅਸੈਸੀਨੇਸ਼ਨ ਹੋਣਾ ਸ਼ੁਰੂ ਹੋ ਜਾਂਦਾ ਹੈ। ਅਤੇ ਇਸੇ ਚੀਜ਼ ਦੇ ਚੱਲਦੇ ਹੋਏ ਜੋ ਬ੍ਰਿਟਿਸ਼ਰਜ਼ ਹੁੰਦੇ ਉਹ ਡਰ ਜਾਂਦੇ ਆ। ਅਤੇ ਉਹ ਜੋ ਭਾਰਤ ਦੀ ਕੈਪੀਟਲ ਹੁੰਦੀ ਹੈ ਉਹ ਕਲਕੱਤਾ ਤੋਂ ਦਿੱਲੀ ਬਣਾ ਦਿੰਦੇ ਆ। ਠੀਕ ਹੈ, ਦੇ ਕ੍ਰੀਏਟਡ ਮਾਸਿਵ ਪੋਲੀਟੀਕਲ ਐਂਡ ਰਿਲੀਜੀਅਸ ਅਪਸਰਜ ਇਨਕਲੂਡਿੰਗ ਪੋਲੀਟੀਕਲ ਅਸੈਸੀਨੇਸ਼ਨਸ ਆਫ ਬ੍ਰਿਟਿਸ਼ ਆਫਿਸਰਸ ਇਨ ਕਲਕੱਤਾ। ਤਾਂ 1905 ਦੇ ਵਿੱਚ ਜੋ ਪਾਰਟੀਸ਼ਨ ਆਫ ਬੰਗਾਲ ਹੁੰਦੀ ਹੈ ਉਸਦੇ ਕਰਕੇ ਇਹ ਜੋ ਸਾਰੀਆਂ ਚੀਜ਼ਾਂ ਹੁੰਦੀਆਂ ਇਹ ਆਪਾਂ ਨੂੰ ਵੇਖਣ ਨੂੰ ਮਿਲਦੀਆਂ। ਤਾਂ ਨੈਕਸਟ ਜੋ ਕੁਸ਼ਚਨ ਆ ਉਹ ਕੀ ਹੈ? ਤਾਂ ਨੈਕਸਟ ਕੁਸ਼ਚਨ ਹੈ ਕਿ ਹੂ ਵਾਜ਼ ਦੀ ਫਸਟ ਐਜੂਕੇਸ਼ਨ ਮਿਨਿਸਟਰ ਆਫ ਇੰਡੀਪੈਂਡੈਂਟ ਇੰਡੀਆ। ਤਾਂ ਜੋ ਆਪਣਾ ਭਾਰਤ ਦਾ ਇੰਡੀਪੈਂਡੈਂਟ ਇੰਡੀਆ ਦਾ ਜੋ ਪਹਿਲਾ ਐਜੂਕੇਸ਼ਨ ਮਿਨਿਸਟਰ ਸੀ ਉਹਨਾਂ ਦਾ ਨਾਮ ਆਪਾਂ ਦੱਸਣਾ ਹੈ, ਤਾਂ ਉਹਨਾਂ ਦਾ ਜੋ ਨਾਮ ਹੈ ਉਹ ਹੈਗਾ ਮੌਲਾਨਾ ਅਬਦੁਲ ਕਲਾਮ ਆਜ਼ਾਦ। ਤਾਂ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿੰਨੀਆਂ ਵੀ ਆਪਸ਼ਨਾਂ ਐਗਜ਼ਾਮ ਦੇ ਵਿੱਚ ਆਉਂਦੀਆਂ ਉਹ ਸਾਰੀਆਂ ਹੀ ਆਪਣੇ ਲਈ ਇੰਪੋਰਟੈਂਟ ਬਣਦੀਆਂ। ਤਾਂ ਸਾਰੀਆਂ ਵਨ ਬਾਏ ਵਨ ਆਪਾਂ ਕੀ ਕਰਾਂਗੇ, ਡਿਸਕਸ ਕਰਾਂਗੇ ਜਿਹੜੀਆਂ ਵੀ ਆਪਸ਼ਨਾਂ ਇਹਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲੀਆਂ। ਤਾਂ ਸਭ ਤੋਂ ਪਹਿਲਾਂ ਮੌਲਾਨਾ ਅਬਦੁਲ ਕਲਾਮ ਆਜ਼ਾਦ ਜੋ ਸੀਗੇ ਇਹ ਇੰਡੀਅਨ ਸਕੋਲਰ ਸੀਗੇ, ਐਕਟਿਵਿਸਟ ਸੀਗੇ ਅਤੇ ਸੀਨੀਅਰ ਲੀਡਰ ਸੀਗੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਡਿਊਰਿੰਗ ਇੰਡੀਅਨ ਇੰਡੀਪੈਂਡੈਂਸ ਮੂਵਮੈਂਟ। ਤਾਂ ਭਾਰਤ ਦੀ ਆਜ਼ਾਦੀ ਦੀ ਮੂਵਮੈਂਟ ਦੇ ਵਿੱਚ ਇਹਨਾਂ ਦਾ ਇੱਕ ਬਹੁਤ ਹੀ ਅਹਿਮ ਯੋਗਦਾਨ ਸੀ। ਤਾਂ ਇਹਨਾਂ ਦੀ ਜੋ ਪਿਕਚਰ ਆ ਤੁਸੀਂ ਇੱਥੇ ਵੇਖ ਸਕਦੇ ਹੋ। ਠੀਕ ਹੈ, ਤਾਂ ਉਸ ਤੋਂ ਬਾਅਦ ਸੈਕਿੰਡ ਨੰਬਰ 'ਤੇ ਜੋ ਨਾਮ ਆਪਸ਼ਨਾਂ ਦੇ ਵਿੱਚ ਸੀਗਾ ਉਹ ਸੀਗਾ ਸਰ ਐੱਸ ਰਾਧਾ ਕ੍ਰਿਸ਼ਨਨ ਦਾ, ਸਰਵਪੱਲੀ ਰਾਧਾ ਕ੍ਰਿਸ਼ਨ ਦਾ। ਤਾਂ ਇਹ ਜੋ ਸੀਗੇ ਇਹ ਸੀਗੇ ਫਸਟ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ। ਤਾਂ ਭਾਰਤ ਦੇ ਪਹਿਲੇ ਵਾਈਸ ਪ੍ਰੈਜ਼ੀਡੈਂਟ ਸੀਗੇ ਅਤੇ ਸੈਕਿੰਡ ਪ੍ਰੈਜ਼ੀਡੈਂਟ ਸੀਗੇ, ਇਹ ਵੀ ਜੋ ਚੀਜ਼ ਆ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਤਾਂ ਇਹਨਾਂ ਦੇ ਕਰਕੇ ਹੀ ਜੋ ਟੀਚਰਸ ਡੇ ਆ 5 ਸਪਤੰਬਰ ਨੂੰ ਜੋ ਆਪਾਂ ਮਨਾਉਂਦੇ ਹਾਂ ਉਹ ਮਤਲਬ ਕਿ ਇਹਨਾਂ ਦੇ ਨਾਮ 'ਤੇ ਹੀ ਮਨਾਇਆ ਜਾਂਦਾ। ਇਸ ਤੋਂ ਇਲਾਵਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਤੁਸੀਂ ਦੱਸਣਾ ਜੋ ਵਰਲਡ ਟੀਚਰਸ ਡੇ ਆ ਉਹ ਕਦੋਂ ਮਨਾਇਆ ਜਾਂਦਾ। ਤਾਂ ਉਸਦਾ ਜੋ ਰਾਈਟ ਆਨਸਰ ਹੈ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਣਾ। ਤਾਂ ਥਰਡ ਆਪਸ਼ਨ ਜੋ ਸੀਗੀ ਉਹ ਸੀਗੀ ਵੱਲਭ ਭਾਈ ਪਟੇਲ ਜੀ ਦੇ, ਪਟੇਲ ਜੀ ਦੀ, ਜਿਨ੍ਹਾਂ ਨੂੰ ਆਪਾਂ ਸਰਦਾਰ ਪਟੇਲ ਵੀ ਕਹਿੰਦੇ ਹਾਂ। ਤਾਂ ਇਹਨਾਂ ਨੂੰ ਇਹ ਵੀ ਮਤਲਬ ਕਿ ਕਾਫੀ ਇੰਪੋਰਟੈਂਟ ਪਰਸਨੈਲਿਟੀ ਨੇ। ਇਹ ਭਾਰਤ ਦੇ ਪਹਿਲੇ ਡਿਪਟੀ ਪ੍ਰਾਈਮ ਮਿਨਿਸਟਰ ਬਣਦੇ ਨੇ ਆਜ਼ਾਦੀ ਦੀ, ਆਜ਼ਾਦੀ ਦੀ ਜੋ ਮੂਵਮੈਂਟ ਸੀ ਉਸ ਦੇ ਵਿੱਚ ਇਹਨਾਂ ਦਾ ਅਹਿਮ ਰੋਲ ਸੀਗਾ। ਠੀਕ ਹੈ, ਤਾਂ ਇਸ ਤੋਂ ਇਲਾਵਾ ਜੋ ਹੋਰ ਚੀਜ਼ ਤੁਸੀਂ ਮੋਸਟ ਇੰਪੋਰਟੈਂਟ ਧਿਆਨ ਦੇ ਵਿੱਚ ਰੱਖਣੀ ਹੈ ਉਹ ਹੈ ਕਿ ਇਹਨਾਂ ਨੂੰ ਆਇਰਨ ਮੈਨ ਆਫ ਇੰਡੀਆ ਵੀ ਕਿਹਾ ਜਾਂਦਾ। ਇਸ ਤੋਂ ਇਲਾਵਾ ਜੋ ਇੱਕ ਹੋਰ ਮੋਸਟ ਇੰਪੋਰਟੈਂਟ ਚੀਜ਼ ਧਿਆਨ ਦੇ ਵਿੱਚ ਤੁਸੀਂ ਰੱਖਣੀ ਹੈ ਉਹ ਇਹ ਰੱਖਣੀ ਹੈ ਕਿ ਇਹ ਪ੍ਰੈਜ਼ੀਡੈਂਟ ਬਣਦੇ ਆ ਇੰਡੀਅਨ ਨੈਸ਼ਨਲ ਕਾਂਗਰਸ ਦੇ 49th। ਠੀਕ ਹੈ, ਤਾਂ ਇਹ ਜੋ ਚੀਜ਼ ਹੈ ਤੁਸੀਂ ਧਿਆਨ ਰੱਖਣੀ ਹੀ ਰੱਖਣੀ ਹੈ, ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਆਪਸ਼ਨਾਂ ਦੇ ਵਿੱਚੋਂ ਕਿਹੜਾ ਪਰਸਨ ਪ੍ਰੈਜ਼ੀਡੈਂਟ ਨਹੀਂ ਰਿਹਾ ਇਹ ਕਈ ਵਾਰ ਐਗਜ਼ਾਮ ਦੇ ਵਿੱਚ ਪੁੱਛ ਲੈਂਦੇ ਆ। ਤਾਂ ਉਹਦੇ ਵਿੱਚ 3-4 ਆਪਸ਼ਨਾਂ ਤੁਹਾਨੂੰ ਦਿੱਤੀਆਂ ਹੋਣਗੀਆਂ ਅਤੇ ਤੁਸੀਂ ਜਿਹੜਾ ਪਰਸਨ
ਇੰਡੀਅਨ ਨੈਸ਼ਨਲ ਕਾਂਗਰਸ ਦਾ ਪ੍ਰੈਜ਼ੀਡੈਂਟ ਨਹੀਂ ਰਿਹਾ ਉਸ ਦੇ ਉੱਤੇ ਟਿੱਕ ਲਗਾਉਣਾ ਹੁੰਦਾ, ਠੀਕ ਹੈ, ਜਿਵੇਂ ਕਿ ਪੀ ਪੀ ਐੱਸ ਸੀ ਦੇ ਵਿੱਚ ਇੱਦਾਂ ਦੇ ਕੁਸ਼ਚਨ ਆਉਂਦੇ ਹੁੰਦੇ ਆ, ਤਾਂ ਉਹ ਜੋ ਕੁਸ਼ਚਨ ਆ ਉਸ ਦੇ ਵਿੱਚ ਤੁਸੀਂ ਧਿਆਨ ਦੇ ਵਿੱਚ ਰੱਖਣਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਜੋ ਪ੍ਰੈਜ਼ੀਡੈਂਟ ਆ ਉਹ ਵੱਲਭ ਭਾਈ ਪਟੇਲ ਵੀ ਰਹੇ ਹੋਏ ਨੇ 49th ਪ੍ਰੈਜ਼ੀਡੈਂਟ। ਤਾਂ ਨੈਕਸਟ ਜੋ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਇਹਨਾਂ ਦੇ ਰਿਲੇਟਡ, ਉਹ ਇਹ ਹੈ ਕਿ ਸਟੈਚੂ ਆਫ ਯੂਨਿਟੀ ਜੋ ਹੈ ਇਹਨਾਂ ਦੇ ਨਾਮ 'ਤੇ ਹੀ ਬਣਾਇਆ ਗਿਆ। ਤਾਂ ਇਹ ਜੋ ਬਣਾਇਆ ਗਿਆ ਗੁਜਰਾਤ ਦੇ ਵਿੱਚ ਬਣਾਇਆ ਗਿਆ, ਇਹ ਵੀ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਨਰਮਦਾ ਡੈਮ ਨੂੰ ਇਹ ਜੋ ਸਟੈਚੂ ਹੈ ਫੇਸ ਕਰਦਾ, ਠੀਕ ਹੈ। ਤਾਂ ਇਸ ਦੀ ਜੋ ਹਾਈਟ ਹੈ ਉਹ ਹੈਗੀ 182 ਮੀਟਰ, ਟੋਲੈਸਟ ਸਟੈਚੂ ਹੈ ਵਰਲਡ ਦਾ। ਇਹ ਜੋ ਚੀਜ਼ ਹੈ ਇੰਪੋਰਟੈਂਟ ਬਣਦੀ ਹੈ, ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਰੀਸੈਂਟਲੀ ਕਾਫੀ ਜ਼ਿਆਦਾ ਨਿਊਜ਼ ਦੇ ਵਿੱਚ ਸੀਗਾ, ਕਿਤੇ ਨਾ ਕਿਤੇ ਐਗਜ਼ਾਮ ਦੇ ਵਿੱਚ ਇਹ ਜੋ ਚੀਜ਼ਾਂ ਇਹ ਪੁੱਛੀਆਂ ਜਾ ਸਕਦੀਆਂ। ਉਸ ਤੋਂ ਬਾਅਦ ਜੋ ਨੈਕਸਟ ਪਰਸਨੈਲਿਟੀ ਸੀਗੀ ਫੇਮਸ ਆਪਸ਼ਨ ਦੇ ਵਿੱਚ, ਉਹ ਸੀਗੀ B.R. ਅੰਬੇਦਕਰ ਜੀ, ਜਿਨ੍ਹਾਂ ਨੂੰ ਆਰਕੀਟੈਕਟ ਆਫ ਕੋਨਸਟੀਟਿਊਸ਼ਨ ਆਫ ਇੰਡੀਆ ਵੀ ਕਿਹਾ ਜਾਂਦਾ। ਇੱਥੇ ਇਹਨਾਂ ਦੀ ਤੁਸੀਂ ਪਿਕਚਰ ਵੇਖ ਸਕਦੇ ਹੋ। ਇਹ ਭਾਰਤ ਦੇ ਪਹਿਲੇ ਲਾਅ ਮਿਨਿਸਟਰ ਬਣਦੇ ਹੈ, ਇਹ ਵੀ ਜੋ ਚੀਜ਼ ਹੈ ਇੰਪੋਰਟੈਂਟ ਹੈ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਅਤੇ 1990 ਦੇ ਵਿੱਚ ਇਹਨਾਂ ਨੂੰ ਭਾਰਤ ਰਤਨ, ਜੋ ਕਿ ਇੰਡੀਆ ਦਾ ਹਾਈਐਸਟ ਸਿਵਿਲੀਅਨ ਅਵਾਰਡ ਹੈ, ਉਸ ਦੇ ਨਾਲ ਨਿਵਾਜਿਆ ਜਾਂਦਾ। ਉਸ ਤੋਂ ਬਾਅਦ ਨੈਕਸਟ ਜੋ ਕੁਸ਼ਚਨ ਆ, ਇਹ ਮੋਸਟ ਇੰਪੋਰਟੈਂਟ ਕੁਸ਼ਚਨ ਆ, ਬਹੁਤ ਵਾਰ ਇਸ ਦੇ ਰਿਲੇਟਡ ਕੀ ਆਪਾਂ ਨੂੰ ਕੁਸ਼ਚਨ ਵੇਖਣ ਨੂੰ ਮਿਲਦਾ ਹੈ ਪੰਜਾਬ ਦੇ ਐਗਜ਼ਾਮਸ ਦੇ ਵਿੱਚ। ਤਾਂ ਇਹ ਕੁਸ਼ਚਨ ਦੇ ਵਿੱਚ ਇਹਨਾਂ ਨੇ ਕਿਹਾ, ਇੰਡੀਵਿਜੁਅਲੀ ਦੀ ਓਨਲੀ ਪਰਸਨ ਟੂ ਹੈਵ ਆਊਟ ਰਾਈਟਲੀ ਵੋਨ ਦੀ ਨੋਬਲ ਪ੍ਰਾਈਜ਼ ਟਵਾਈਸ ਇਜ਼। ਤਾਂ ਇਹੋ ਜਿਹਾ ਕਿਹੜਾ ਪਰਸਨ ਹੈ ਨੀਚੇ ਦਿੱਤੀਆਂ ਆਪਸ਼ਨਾਂ ਦੇ ਵਿੱਚੋਂ ਜਿਹਨੂੰ ਇੰਡੀਵਿਜੁਅਲੀ ਦੋ ਵਾਰ ਜਿਸਨੇ ਨੋਬਲ ਪ੍ਰਾਈਜ਼ ਪ੍ਰਾਪਤ ਕੀਤਾ, ਜਿਸ ਨੂੰ ਮਿਲਿਆ, ਠੀਕ ਹੈ। ਤਾਂ ਇਸ ਦਾ ਜੋ ਰਾਈਟ ਆਂਸਰ ਬਣਦਾ ਉਹ ਬਣਦਾ ਡਾਕਟਰ ਲਿਨਸ ਕਾਰਲ ਪੋਲਿੰਗ। ਤਾਂ ਬੀ ਆਪਸ਼ਨ ਕੀ ਬਣਦਾ, ਇਸ ਦਾ ਰਾਈਟ ਆਂਸਰ ਬਣਦਾ। ਕਈ ਜੋ ਸਟੂਡੈਂਟਸ ਆ ਉਹ ਇਸ ਚੀਜ਼ ਦੇ ਵਿੱਚ ਕਨਫਿਊਜ਼ ਹੋਣਗੇ ਕਿ ਇਸ ਦਾ ਜੋ ਰਾਈਟ ਆਂਸਰ ਬਣਦਾ ਉਹ ਬਣਦਾ ਮੈਡਮ ਕਿਉਰੀ, ਜਦਕਿ ਇਸ ਦਾ ਜੋ ਰਾਈਟ ਆਂਸਰ ਬਣਦਾ ਉਹ ਬਣਦਾ ਆਪਸ਼ਨ ਨੰਬਰ ਬੀ, ਕਿਉਂਕਿ ਇੰਡੀਵਿਜੁਅਲੀ ਸਿਰਫ ਇੱਕੋ ਪਰਸਨ ਨੇ ਜਿਨ੍ਹਾਂ ਨੂੰ ਦੋ ਅਲੱਗ ਅਲੱਗ ਫੀਲਡ ਦੇ ਵਿੱਚ ਨੋਬਲ ਪ੍ਰਾਈਜ਼ ਮਿਲੇ ਟਵਾਈਸ, ਠੀਕ ਹੈ। ਕਿਉਂਕਿ ਜੋ ਮੈਡਮ ਕਿਊਰੀ ਸੀ ਇਹਨਾਂ ਨੂੰ ਨੋਬਲ ਪ੍ਰਾਈਜ਼ ਤਾਂ ਇਹਨਾਂ ਨੂੰ ਵੀ ਟਵਾਈਸ ਮਿਲਿਆ, ਦੋ ਵਾਰ ਮਿਲਿਆ, ਅਲੱਗ ਅਲੱਗ ਦੋ ਫੀਲਡਾਂ ਦੇ ਵਿੱਚ ਮਿਲਿਆ, ਇੱਕ ਫਿਜ਼ਿਕਸ ਦੇ ਵਿੱਚ, ਇੱਕ ਕੈਮਿਸਟਰੀ ਦੇ ਵਿੱਚ। ਲੇਕਿਨ ਜੋ ਇਹਨਾਂ ਨੂੰ ਅਵਾਰਡ ਫਿਜ਼ਿਕਸ ਦੇ ਵਿੱਚ ਮਿਲਿਆ ਸੀਗਾ ਉਹ ਇਹਨਾਂ ਨੂੰ ਇੰਡੀਵਿਜੁਅਲੀ ਨਹੀਂ ਮਿਲਿਆ ਸੀ, ਇਹਨਾਂ ਨੂੰ ਦੋ ਹੋਰ ਪਰਸਨ ਸੀ ਜਿਨ੍ਹਾਂ ਦੇ ਨਾਲ ਇਹ ਜੋ ਅਵਾਰਡ ਸੀ ਫਿਜ਼ਿਕਸ ਦਾ ਨੋਬਲ ਪ੍ਰਾਈਜ਼ ਉਹ ਮਿਲਿਆ ਸੀਗਾ, ਠੀਕ ਹੈ। ਤਾਂ ਉਹ ਆਪਾਂ ਅੱਗੇ ਡਿਸਕਸ ਕਰ ਲੈਂਦੇ ਹਾਂ। ਤਾਂ ਜੋ ਸੈਂਟੀਫਿਕ ਜੋ ਪੋਲਿੰਗ ਸੀਗੇ ਇਹਨਾਂ ਨੂੰ ਨੋਬਲ ਪ੍ਰਾਈਜ਼ ਕੈਮਿਸਟਰੀ ਦੇ ਵਿੱਚ 1954 ਦੇ ਵਿੱਚ ਮਿਲਿਆ ਸੀ, ਅਤੇ ਨੋਬਲ ਪੀਸ ਪ੍ਰਾਈਜ਼ 1962 ਦੇ ਵਿੱਚ ਮਿਲਿਆ ਸੀ। ਅਤੇ ਇਹ ਉਹਨਾਂ ਚਾਰ ਇੰਡੀਵਿਜੁਅਲਸ ਦੇ ਵਿੱਚੋਂ ਹੈਗੇ ਨੇ ਜਿਨ੍ਹਾਂ ਨੂੰ ਜੋ ਨੋਬਲ ਪ੍ਰਾਈਜ਼ ਆ ਮੋਰ ਦੈਨ 1 ਵਾਰ ਮਿਲਿਆ, ਮਤਲਬ ਕਿ ਇੱਕ ਤੋਂ ਜ਼ਿਆਦਾ ਵਾਰ ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ, ਉਹਨਾਂ ਦੇ ਵਿੱਚੋਂ ਇਹ ਜੋ ਪਰਸਨ ਨੇ ਉਹ ਇੱਕ ਨੇ। ਤਾਂ ਉਹ ਚਾਰ ਪਰਸਨ ਕਿਹੜੇ ਨੇ, ਇੱਕ ਤਾਂ ਇਹ ਖੁਦ ਹੋ ਗਏ, ਸੈਕਿੰਡ ਨੰਬਰ 'ਤੇ ਮੈਰੀ ਕਿਊਰੀ, ਫਿਰ ਜੌਨ ਬਰਡਿਨ ਅਤੇ ਫਿਰ ਫਰੈਡਰਿਕ ਸਿੰਗਰ, ਠੀਕ ਹੈ। ਤਾਂ ਇਹ ਚਾਰ ਪਰਸਨ ਨੇ ਜਿਨ੍ਹਾਂ ਨੂੰ ਇੱਕ ਤੋਂ ਜ਼ਿਆਦਾ ਵਾਰ ਕੀ ਹੈ ਨੋਬਲ ਪ੍ਰਾਈਜ਼ ਮਿਲੇ। ਤਾਂ ਉਸ ਤੋਂ ਬਾਅਦ ਜੋ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖਣੀ ਆ ਉਹ ਇਹ ਹੈ ਕਿ ਇਹ ਇਕਲੌਤੇ ਇਹੋ ਜਿਹੇ ਪਰਸਨ ਨੇ ਜਿਨ੍ਹਾਂ ਨੂੰ ਜੋ ਨੋਬਲ ਪ੍ਰਾਈਜ਼ ਹੈ ਉਹ ਅਨਸ਼ੇਅਰਡ ਮਿਲਿਆ, ਮਤਲਬ ਕਿ ਕਿਸੇ ਨਾਲ ਸ਼ੇਅਰ ਕਰਕੇ ਨਹੀਂ ਮਿਲਿਆ। ਅਤੇ ਉਸ ਤੋਂ ਬਾਅਦ ਜੋ ਮੈਡਮ ਕਿਊਰੀ ਨੇ ਉਹ ਵੀ ਇਹੋ ਜਿਹੇ ਪਰਸਨ ਨੇ, ਇਕਲੌਤੇ ਇਹੋ ਜਿਹੇ ਪਰਸਨ ਨੇ ਜਿਨ੍ਹਾਂ ਨੂੰ ਅਲੱਗ ਅਲੱਗ, ਇਕਲੌਤੇ ਇਹੋ ਜਿਹੇ ਵੂਮੈਨ ਨੇ ਜਿਨ੍ਹਾਂ ਨੂੰ ਅਲੱਗ ਅਲੱਗ ਫੀਲਡਸ ਦੇ ਵਿੱਚ ਕੀ ਹੈ, ਦੋ ਅਲੱਗ ਅਲੱਗ ਫੀਲਡਸ ਦੇ ਵਿੱਚ ਨੋਬਲ ਪ੍ਰਾਈਜ਼ ਮਿਲੇ, ਠੀਕ ਹੈ। ਤਾਂ ਇਹ ਜੋ ਚੀਜ਼ ਆ ਤੁਸੀਂ ਧਿਆਨ ਦੇ ਵਿੱਚ ਰੱਖਣੀ ਆ। ਉਸ ਤੋਂ ਬਾਅਦ ਜੋ ਬਾਕੀ ਦੇ ਦੋ ਪਰਸਨ ਸੀਗੇ ਜਿਵੇਂ ਕਿ ਮੈਡਮ ਕਿਊਰੀ ਅਤੇ ਉਹਨਾਂ ਦੇ ਨਾਲ ਜੌਨ ਬਰਡਿਨ ਅਤੇ ਫਰੈਡਰਿਕ ਸੈਂਗਰ, ਇਹਨਾਂ ਦੇ ਬਾਰੇ ਵੀ ਆਪਾਂ ਜਾਣ ਲੈਂਦੇ ਹਾਂ। ਤਾਂ ਸਭ ਤੋਂ ਪਹਿਲਾਂ ਆਪਾਂ ਮੈਡਮ ਕਿਊਰੀ ਦੇ ਬਾਰੇ ਹੀ ਡਿਸਕਸ ਕਰ ਲੈਂਦੇ ਹਾਂ। ਤਾਂ ਮੈਡਮ ਕਿਊਰੀ ਨੂੰ ਜੋ ਦੋ ਅਵਾਰਡ ਮਿਲੇ ਆ, ਨੋਬਲ ਪ੍ਰਾਈਜ਼ ਇਨ ਫਿਜ਼ਿਕਸ ਅਤੇ ਨੋਬਲ ਪ੍ਰਾਈਜ਼ ਇਨ ਕੈਮਿਸਟਰੀ, ਇਹ ਦੋ ਮਿਲੇ ਨੇ ਨੋਬਲ ਪ੍ਰਾਈਜ਼। ਤਾਂ ਜੋ ਨੋਬਲ ਪ੍ਰਾਈਜ਼ ਇਨ ਕੈਮਿਸਟਰੀ ਦੇ ਵਿੱਚ ਮਿਲਿਆ ਸੀ ਇਹਨਾਂ ਨੂੰ ਰੇਡੀਓ ਐਕਟੀਵਿਟੀ ਅਤੇ ਵਰਕ ਦੇ ਲਈ ਮਿਲਿਆ ਸੀਗਾ, ਠੀਕ ਹੈ। ਤਾਂ ਰੇਡੀਓ ਐਕਟੀਵਿਟੀ ਜੋ ਸੀ ਇਸ ਦੇ ਉੱਤੇ ਇਹਨਾਂ ਨੇ ਵਰਕ ਕੀਤਾ ਸੀ, ਅਤੇ ਇਸੇ ਲਈ ਇਹਨਾਂ ਨੂੰ ਕੈਮਿਸਟਰੀ ਦਾ ਜੋ ਨੋਬਲ ਪ੍ਰਾਈਜ਼ ਸੀ ਉਹ ਮਿਲਿਆ ਸੀ। ਅਤੇ ਜੋ ਫਿਜ਼ਿਕਸ ਦਾ ਨੋਬਲ ਪ੍ਰਾਈਜ਼ ਇਹਨਾਂ ਨੂੰ ਮਿਲਿਆ ਸੀਗਾ 1903 ਦੇ ਵਿੱਚ, ਇਹ ਇਹਨਾਂ ਨੂੰ ਇਹਨਾਂ ਦੇ ਹਸਬੈਂਡ ਪੈਰੀ ਕਿਊਰੀ ਅਤੇ ਹੈਨਰੀ ਬੈਕੁਐਟ, ਠੀਕ ਹੈ, ਬੈਕੁਅਰਲ, ਇਹਨਾਂ ਦੇ ਨਾਲ ਮਤਲਬ ਕਿ ਸ਼ੇਅਰ ਕਰਕੇ ਮਿਲਿਆ ਸੀ, ਇਕਲੌਤੇ ਇੰਡੀਵਿਜੁਅਲੀ ਨਹੀਂ ਮਿਲਿਆ ਸੀ। ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੌਨ ਬਰਡਿਨ ਦੀ। ਤਾਂ ਇਹ ਜੋ ਸੀਗੇ ਅਮੈਰੀਕਨ ਫਿਜ਼ਿਸਟ ਸੀਗੇ ਜਿਨ੍ਹਾਂ ਨੂੰ ਦੋ ਵਾਰ ਨੋਬਲ ਪ੍ਰਾਈਜ਼ ਮਿਲਿਆ ਸੀ ਇੱਕੋ ਫੀਲਡ ਦੇ ਵਿੱਚ ਜਿਹਦਾ ਨਾਮ ਹੈ ਫਿਜ਼ਿਕਸ ਦੇ ਵਿੱਚ, ਠੀਕ ਹੈ। ਤਾਂ ਨੋਬਲ ਪ੍ਰਾਈਜ਼ ਫਿਜ਼ਿਕਸ ਦੇ ਵਿੱਚ ਇਹਨਾਂ ਨੂੰ ਟਵਾਈਸ, ਦੋ ਵਾਰ ਮਿਲਿਆ ਸੀਗਾ, ਇੱਕ 1956 ਦੇ ਵਿੱਚ ਅਤੇ ਉਸ ਤੋਂ ਬਾਅਦ 1972 ਦੇ ਵਿੱਚ, ਠੀਕ ਹੈ। ਤਾਂ ਇਹਨਾਂ ਦਾ ਜੋ ਬਾਕੀ ਇਨਫੋਰਮੇਸ਼ਨ ਆ ਤੁਸੀਂ ਇੱਥੇ ਵੀਡੀਓ ਨੂੰ ਪੌਜ਼ ਕਰਕੇ ਪੜ੍ਹ ਸਕਦੇ ਹੋ, ਠੀਕ ਹੈ। ਬਾਕੀ ਜੋ ਇਹਦੀ PDF ਹੈ ਇਸ ਸਲਾਈਡ ਦੀ, ਇਸ ਇਹ ਜੋ ਆਪਣੀ ਇਸ ਲੈਸਨ ਦੀ ਜੋ PDF ਹੈ ਮੈਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਅਤੇ ਆਪਣਾ ਜੋ ਵਟਸਐਪ ਗਰੁੱਪ ਹੈ ਉਸ ਦੇ ਵਿੱਚ ਪ੍ਰੋਵਾਈਡ ਕਰਾ ਦੂੰਗਾ। ਤਾਂ ਤੁਸੀਂ ਉਹ ਜੋ ਗਰੁੱਪ ਨੇ ਉਹ ਜਾ ਕੇ ਤੁਸੀਂ ਦੋਨਾਂ ਦੇ ਵਿੱਚੋਂ ਕੋਈ ਵੀ ਗਰੁੱਪ ਜਾ ਕੇ ਜੁਆਇਨ ਕਰ ਸਕਦੇ ਹੋ, ਠੀਕ ਹੈ। ਤਾਂ ਨੈਕਸਟ ਆਪਣਾ ਜੋ ਇੰਪੋਰਟੈਂਟ ਚੀਜ਼ ਬਣਦੀ ਹੈ ਉਹ ਬਣਦੀ ਹੈ ਫਰੈਡਰਿਕ ਸੈਂਗਰ ਬਾਰੇ ਵੀ ਆਪਾਂ ਵੇਖ ਲੈਂਦੇ ਹਾਂ। ਅਤੇ ਇਹ ਬਾਇਓਕੈਮਿਸਟ ਸੀਗੇ ਜਿਨ੍ਹਾਂ ਨੂੰ ਦੋ ਵਾਰ ਨੋਬਲ ਪ੍ਰਾਈਜ਼ ਮਿਲੇ ਕੈਮਿਸਟਰੀ ਦੇ ਵਿੱਚ।
ਤਾਂ ਇਹਨਾਂ ਦਾ ਨਾਮ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਅਤੇ ਇਹਨਾਂ ਦੀ ਜੋ ਪਿਕਚਰ ਆ ਤੁਸੀਂ ਇੱਥੇ ਵੇਖ ਸਕਦੇ ਹੋ। ਉਸ ਤੋਂ ਬਾਅਦ ਨੈਕਸਟ ਕੁਸ਼ਚਨ ਹੈ, ਹੂ ਵਾਜ਼ ਦੀ ਫਸਟ ਇੰਡੀਅਨ ਟੂ ਕਲਿੰਬ ਮਾਊਂਟ ਐਵਰੈਸਟ ਵਿਦਆਊਟ ਆਕਸੀਜਨ। ਤਾਂ ਆਕਸੀਜਨ ਤੋਂ ਬਿਨਾਂ ਕਲਿੰਬ ਕਰਨ ਵਾਲੇ ਮਾਊਂਟ ਐਵਰੈਸਟ ਨੂੰ ਪਹਿਲੇ ਭਾਰਤੀ ਕੌਣ ਸੀਗੇ? ਤਾਂ ਉਹਨਾਂ ਦਾ ਨਾਮ ਹੈ ਫੂ ਡੋਰਜੀ। ਠੀਕ ਹੈ, ਤਾਂ ਇਹ ਜੋ ਆਪਸ਼ਨ ਨੰਬਰ ਬੀ ਹੈ ਆਪਣਾ ਰਾਈਟ ਆਂਸਰ ਬਣ। ਤਾਂ ਵਿਦਆਊਟ ਆਕਸੀਜਨ ਮਾਊਂਟ ਐਵਰੈਸਟ ਨੂੰ ਕਲਿੰਬ ਕਰਨ ਵਾਲੇ ਪਹਿਲੇ ਮਤਲਬ ਕਿ ਪਰਸਨ ਬਣਦੇ ਆ। ਅਤੇ ਸ਼ਰਪਾ ਦਾ ਮਤਲਬ ਕੀ ਹੁੰਦਾ? ਤਾਂ ਇਹ ਮੈਂਬਰ ਆਫ ਹਿਮਾਲੀਅਨ ਪੀਪਲ ਲਿਵਿੰਗ ਇਨ ਬੋਰਡਰਸ ਆਫ ਨੇਪਾਲ ਐਂਡ ਤਿੱਬਤ। ਤਾਂ ਨੇਪਾਲ ਅਤੇ ਤਿੱਬਤ ਦੇ ਜੋ ਬੋਰਡਰ ਏਰੀਆਜ਼ ਆ ਜਿਨ੍ਹਾਂ ਦੇ ਉੱਤੇ ਲੋਕ ਰਹਿੰਦੇ ਆ ਅਤੇ ਜਿਨ੍ਹਾਂ ਦੇ ਵਿੱਚ ਖੁਦ ਇੱਕ ਸਕਿੱਲ ਹੈ ਮਾਊਂਟੇਨ ਨੂੰ ਕਲਿੰਬ ਕਰਨ ਦੀ, ਤਾਂ ਉਹਨਾਂ ਨੂੰ ਆਪਾਂ ਕੀ ਕਹਿੰਦੇ? ਸ਼ਰਪਾ ਕਹਿੰਦੇ ਹਾਂ। ਠੀਕ ਹੈ, ਤਾਂ ਇਹ ਜੋ ਚੀਜ਼ ਆ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਤਾਂ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਨੈਕਸਟ ਕੁਸ਼ਚਨ ਦੀ। ਤਾਂ ਨੈਕਸਟ ਕੁਸ਼ਚਨ ਹੈਗਾ, ਵਿੱਚ ਆਫ ਦੀ ਫੋਲੋਇੰਗ ਇਜ਼ ਨੋਟ ਏ ਨੈਵੀਗੇਬਲ ਰੀਵਰ ਇਨ ਇੰਡੀਆ। ਤਾਂ ਕਿਹੜੀ ਨੀਚੇ ਦਿੱਤੀਆਂ ਆਪਸ਼ਨਾਂ ਦੇ ਵਿੱਚੋਂ ਜੋ ਰੀਵਰ ਹੈ ਉਹ ਨੈਵੀਗੇਬਲ ਰੀਵਰ ਨਹੀਂ ਹੈਗੀ? ਤਾਂ ਇਹਦੇ ਵਿੱਚ ਜੋ ਰਾਈਟ ਆਂਸਰ ਬਣਦਾ ਉਹ ਬਣਦਾ ਹੈ ਚੇਨਾਬ। ਅਤੇ ਚੇਨਾਬ ਕੀ ਹੈ? ਰਾਈਟ ਆਂਸਰ ਹੈ। ਨੈਵੀਗੇਬਲ ਦਾ ਕੀ ਮਤਲਬ ਹੈ? ਨੈਵੀਗੇਬਲ ਦਾ ਮਤਲਬ ਹੈ ਜਿਨ੍ਹਾਂ ਦੇ ਵਿੱਚੋਂ ਜੋ ਸ਼ਿਪਸ ਵਗੈਰਾ ਨੇ ਉਹ ਆ ਜਾ ਸਕਦੇ ਹੈ। ਅਤੇ ਇੱਥੇ ਨੋਟ ਨੈਵੀਗੇਬਲ ਪੁੱਛਿਆ, ਤਾਂ ਨੋਟ ਨੈਵੀਗੇਬਲ ਦਾ ਮਤਲਬ ਹੈ ਜਿਨ੍ਹਾਂ ਵਿੱਚੋਂ ਆ ਜਾ ਨਹੀਂ ਸਕਦੇ। ਤਾਂ ਉਹ ਕਿਹੜੀ ਰਿਵਰ ਹੈ? ਤਾਂ ਉਹ ਹੈਗੇ ਚੇਨਾਬ ਰਿਵਰ। ਤਾਂ ਉਸ ਤੋਂ ਬਾਅਦ ਨੈਕਸਟ ਕੁਸ਼ਚਨ ਹੈ, ਨੈਕਸਟ ਕੁਸ਼ਚਨ ਦੇ ਵਿੱਚ ਆਪਣੇ ਤੋਂ ਪੁੱਛਿਆ ਗਿਆ ਹੈ, ਕਹਿੰਦੇ ਟੈਲੀਵਿਜ਼ਨ ਇਨ ਇੰਡੀਆ ਵਾਜ਼ ਇੰਟਰੋਡਿਊਸਡ ਇਨ ਦੀ ਈਅਰ। ਤਾਂ ਜੋ ਟੈਲੀਵਿਜ਼ਨ ਸੀਗਾ ਭਾਰਤ ਦੇ ਵਿੱਚ ਕਦੋਂ ਇੰਟਰੋਡਿਊਸ ਕੀਤਾ ਗਿਆ ਸੀ? ਤਾਂ ਇਹ ਇੰਟਰੋਡਿਊਸ ਕੀਤਾ ਗਿਆ ਸੀਗਾ 1959 ਦੇ ਵਿੱਚ। ਤਾਂ ਇਸਦਾ ਜੋ ਰਾਈਟ ਆਂਸਰ ਬਣਦਾ ਉਹ ਬਣਦਾ 1959। ਠੀਕ ਹੈ, ਤਾਂ ਇਸ ਤੋਂ ਇਲਾਵਾ ਜੋ ਮੋਸਟ ਇੰਪੋਰਟੈਂਟ ਇੱਕ ਚੀਜ਼ ਹੋਰ ਬਣਦੀ ਹੈ ਇਸ ਦੇ ਰਿਲੇਟਡ, ਟੈਲੀਵਿਜ਼ਨ ਦੇ ਰਿਲੇਟਡ, ਤਾਂ ਮਕੈਨੀਕਲ ਟੈਲੀਵਿਜ਼ਨ ਕਿਸ ਦੇ ਦੁਆਰਾ ਇਨਵੈਂਟ ਕੀਤਾ ਗਿਆ ਸੀ? ਮੋਸਟ ਇੰਪੋਰਟੈਂਟ ਕੁਸ਼ਚਨ ਆ, ਬਾਰ ਬਾਰ ਬਹੁਤ ਬਾਰ ਰਿਪੀਟ ਹੋਇਆ ਪੰਜਾਬ ਦੇ ਐਗਜ਼ਾਮਸ ਦੇ ਵਿੱਚ। ਤਾਂ ਇਹਦਾ ਜੋ ਰਾਈਟ ਆਂਸਰ ਬਣਦਾ ਉਹ ਬਣਦਾ ਜੌਨ ਬੈਡ ਇਨ 1925। ਤਾਂ ਇਹ ਜੋ ਚੀਜ਼ ਆ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਜੋ ਲਾਸਟ ਕੁਸ਼ਚਨ ਆ ਤੁਹਾਡੇ ਸਾਹਮਣੇ ਮੈਂ ਰੱਖ ਦਿੱਤਾ, ਤਾਂ ਇਸਦਾ ਜੋ ਰਾਈਟ ਆਂਸਰ ਬਣਦਾ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਣਾ ਹੈ। ਅਤੇ ਇਸ ਤੋਂ ਇਲਾਵਾ ਮੈਂ ਇੱਕ ਹੋਰ ਅਨਾਊਂਸਮੈਂਟ ਕਰਨਾ ਚਾਹੁੰਦਾ, ਉਹ ਇਹ ਕਿ ਜੇਕਰ ਤੁਸੀਂ ਆਫਲਾਈਨ ਕਲਾਸਿਸ ਬਠਿੰਡਾ ਦੇ ਵਿੱਚ ਜੁਆਇਨ ਕਰਨਾ ਚਾਹੁੰਦੇ ਹੋ ਅਤੇ ਤੁਸੀਂ ਜੋ ਮੋਕ ਟੈਸਟ ਹੈ ਉਹ ਮਤਲਬ ਕਿ ਲੈਣਾ ਚਾਹੁੰਦੇ ਹੋ ਡਿਜੀਟਲ ਕਲਾਸਰੂਮ ਦੇ ਦੁਆਰਾ ਬਣਾਏ ਹੋਏ, ਤਾਂ ਤੁਸੀਂ ਮੈਨੂੰ ਮੇਰਾ ਜੋ ਕੰਟੈਕਟ ਨੰਬਰ ਆ ਉਸ ਦੇ ਉੱਤੇ ਕੰਟੈਕਟ ਕਰ ਸਕਦੇ ਹੋ। ਤਾਂ ਜੋ ਵੀ ਮਤਲਬ ਕਿ ਉਸਦੇ ਚਾਰਜਸ ਵਗੈਰਾ ਹੋਏ, ਜਿੰਨੀ ਵੀ ਇਨਫੋਰਮੇਸ਼ਨ ਹੈ ਕਿੱਦਾਂ ਕਿੱਦਾਂ ਉਸ ਦੇ ਵਿੱਚ ਤੁਹਾਨੂੰ ਕੰਟੈਂਟ ਮਿਲੂਗਾ, ਉਹ ਸਾਰੀ ਮੈਂ ਤੁਹਾਨੂੰ ਆਪਣੇ ਵਟਸਐਪ ਗਰੁੱਪ ਦੇ ਵਿੱਚ ਜਾਂ ਫਿਰ ਮਤਲਬ ਕਿ ਵਟਸਐਪ 'ਤੇ ਜਦੋਂ ਤੁਸੀਂ ਮੈਨੂੰ ਕੰਟੈਕਟ ਕਰੋਗੇ ਤਾਂ ਉਸ ਦੇ ਵਿੱਚ ਮੈਂ ਤੁਹਾਨੂੰ ਸਮਝਾ ਦੂੰਗਾ। ਠੀਕ ਹੈ, ਤਾਂ ਹੁਣ ਆਪਾਂ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਲੈਸਨ ਦੇ ਵਿੱਚ। ਥੈਂਕ ਯੂ।